प्रभ पास जन की अरदास, प्रभ पास जन की अरदास। तू सच्चा साईं साईं, तू सच्चा साईं। अजकल दी जिहड़ी पीढ़ी नहीं इस लाइन जाना चाहती, क्योंकि 1100 रुपया कीर्तन की भेटा देंदे ने जी, ते उस तों विच पर्ची भी कट्टी जाती है जी, तो इस करके अगला कहिंदा वी साडा गुजारा नहीं हुंदा। बिन भागा सतसंग ना लब्बे, बिन भागा सतसंग ना लब्बे, बिन संगत मैल परिजे जीओ। लोकल कमेटियां ने ना गुरुद्वारा साहब दियां, इन्हां सार जे 1500 भेटा है जी तां 400 लिया जाएगा तातों, ते 1100 रुपया रागी सिंह नूं मिलेगा। जे खंड पाठ साहिब दी भेटा ग्रंथी सिंह खंड पाठ करूगा, उहदे तों वी विच वध लिया जाऊगा। मेहनत तां तुसीं करनी है, मेहनत असीं करनी है। इह कहिंदे वी असीं बिल्डिंगां बणाउणियां गुरुद्वारा साहिबां दियां, ਤਾਂ ਕਿ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਵੱਲ ਤੋਰੀ ਹੋਈ ਹੈ ਉਹ ਇਸ ਪਾਸੇ ਨਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਨਾ ਹੀ ਗ੍ਰੰਥੀ ਸਿੰਘ ਲੱਭਣਗੇ, ਨਾ ਹੀ ਰਾਗੀ ਸਿੰਘ ਲੱਭਣਗੇ ਜੀ, ਨਾ ਹੀ ਕੋਈ ਪਾਠੀ ਸਿੰਘ ਲੱਭੇਗਾ ਜੀ। ਹੁਣ ਆਹ ਪਿੱਛੇ ਜੇ ਨਿੱਕੂ ਜਾ ਕੇ ਰੋਇਆ, ਇੰਦਰਜੀਤ ਸਿੰਘ ਨਿੱਕੂ ਜਾ ਕੇ ਰੋਇਆ, ਅਸੀਂ ਕਿਹਦੇ ਕੋਲ ਰੋਣਾ ਜੀ? ਇੰਦਰਜੀਤ ਨਿੱਕੂ ਨੂੰ 2-3 ਦਿਨਾਂ ਵਿੱਚ ਹੀ ਸਟਾਰ ਬਣਾ ਕੇ ਰੱਖਤਾ ਜੀ, ਰਾਗੀ ਸਿੰਘਾਂ ਨੂੰ ਵੀ ਕੋਈ ਨਾ ਕੋਈ ਕਰੋ, ਹੈ ਨਾ ਜੀ? ਕਿੱਦਾਂ ਆਉਂਦਾ ਵੇ ਕੀਰਤਨ ਉਹਨਾਂ ਨੇ ਵੀ ਕੀਤਾ, ਗੁਰਬਾਣੀ ਅਸੀਂ ਵੀ ਸੁਣਾਈ ਹੈ, ਇਹਨਾਂ ਵਿੱਚ ਅੰਤਰ ਤਾਂ ਕੋਈ ਨਹੀਂ ਹੈਗਾ। ਇਹ ਜਾਣ ਬੁੱਝ ਕੇ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਬਸ ਕਹਿੰਦੇ ਵੀ ਲੋਕਲ ਜਥਾ, ਵੀ ਲੋਕਲ ਜਥੇ ਕਰਕੇ ਅਸੀਂ ਇੰਨੇ ਹੀ ਦੇਣੇ। ਜਦੋਂ 12 ਬਾਹਰੋਂ ਬੁਲਾਇਆ ਹੋਇਆ ਇਹਨਾਂ ਨੇ, ਉਹ 31,000 41,000 ਤੱਕ ਵੀ ਦੇਣ ਨੂੰ ਤਿਆਰ ਹੁੰਦੀ ਹੈ ਜੀ। ਅਤੇ ਸਾਨੂੰ ਦੇਖ ਕੇ, ਕਿਉਂਕਿ ਅਗਲਾ ਕਹਿੰਦਾ ਵੀ 22-23 ਸਾਲ ਦਾ ਮੁੰਡਾ ਹੈ ਨਾ ਜੀ, ਵੀ ਕੀਰਤਨ ਕਰਦਾ, ਵੀ ਅਸੀਂ ਵੀ ਇਹਦੇ ਵੱਲ ਉਤਸ਼ਾਹ ਵਧਾਈਏ, ਉਹ ਵੀ ਨਾਲ ਪ੍ਰੇਰਿਤ ਹੁੰਦੇ ਨੇ, ਉਹਨਾਂ ਦੇ ਬੱਚਿਆਂ ਨੇ ਵੀ। ਕਈ ਬੱਚੇ ਐਸੇ ਵੀ ਨੇ ਜੋ ਹਾਲੇ ਤੱਕ ਪੁੱਛ ਕੇ ਫੋਨ ਕਰਕੇ ਵੀ ਕਹਿੰਦੇ ਨੇ ਵੀ ਸਾਨੂੰ ਕੀਰਤਨ ਸਿਖਾ ਦਿਓ, ਸਾਨੂੰ ਕੀਰਤਨ ਸਿਖਾ ਦਿਓ, ਅਸੀਂ ਕੀਰਤਨ ਸਿਖਾਉਣ ਲਈ ਤਿਆਰ ਹਾਂ ਜੀ। ਸੱਚਾ ਸਾਈਂ, ਤੂੰ ਸੱਚਾ ਸਾਈਂ, ਪ੍ਰਭ ਪਾਸ ਜਨ ਕੀ ਅਰਦਾਸ, ਪ੍ਰਭ ਪਾਸ ਜਨ ਕੀ ਅਰਦਾਸ। ਚਿੰਤਾ ਛੱਡ ਅਚਿੰਤ ਰਹੋ, ਸੱਚਾ ਸਾਈਂ, ਪ੍ਰਭ ਪਾਸ ਜਨ ਕੀ ਅਰਦਾਸ, ਪ੍ਰਭ ਪਾਸ ਜਨ ਕੀ ਅਰਦਾਸ। ਕੀਰਤਨ ਦੇ ਵਿੱਚ ਬਹੁਤ ਹੀ ਸੁਰੀਲੇ ਰਾਗੀ ਹੋਏ ਨੇ, ਢਾਡੀ ਹੋਏ ਨੇ, ਹੋਰ ਵੀ ਬਹੁਤ ਪ੍ਰਚਾਰਕ ਹੋਏ ਨੇ, ਪਰ ਅਜੋਕੇ ਸਮੇਂ ਦੇ ਪਤਤ ਪਣੇ ਦੇ ਵਾਧੇ ਹੋਇਆਂ ਨੌਜਵਾਨਾਂ ਨੂੰ ਬਹੁਤ ਘੱਟ ਮੌਕਾ ਮਿਲ ਰਿਹਾ, ਜਾਂ ਤਾਂ ਸਾਡੀਆਂ ਸੰਸਥਾਵਾਂ ਵੱਲੋਂ ਯਤਨ ਨਹੀਂ ਕੀਤੇ ਜਾ ਰਹੇ ਜਾਂ ਪਰਿਵਾਰਾਂ ਵੱਲੋਂ, ਪਰ ਬਹੁਤ ਘੱਟ ਅਜਿਹੇ ਨੌਜਵਾਨ ਨੇ ਜੋ ਇਸ ਖੇਤਰ ਵੱਲ ਆ ਰਹੇ ਨੇ। ਜੇਕਰ ਕੋਈ ਆਪਣੀ ਮਿਹਨਤ ਵੱਲ ਕਰਕੇ ਇਸ ਖੇਤਰ 'ਤੇ ਵਧਿਆ ਏ, ਤਾਂ ਇੱਕ ਉਹ ਅਜਿਹਾ ਹੀ ਸੁਰੀਲਾ ਸ਼ਬਦ ਕੀਰਤਨ ਗਾਇਨ ਕਰਨ ਵਾਲਾ ਜਥਾ ਏ ਭਾਈ ਕੁਲਵਿੰਦਰ ਸਿੰਘ ਖਰੜਵਾ, ਉਹਨਾਂ ਬਾਰੇ ਆਓ ਸਾਰੀ ਜਾਣਕਾਰੀ ਤੁਹਾਨੂੰ ਸਰਵਣ ਕਰਵਾਉਂਦੇ ਹਾਂ। ਭਾਈ ਸਾਹਿਬ, ਪਹਿਲਾਂ ਤਾਂ ਆਪਣੇ ਜੀਵਨ ਬਾਰੇ, ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿਓ, ਕਿੱਥੋਂ ਰਿਹਾਇਸ਼ ਹੈ ਅਤੇ ਕਿਵੇਂ ਤੁਸੀਂ ਕੀਰਤਨ ਵੱਲ ਮੁੜੇ, ਕਿਵੇਂ ਤੁਹਾਡੀ ਇਹ ਲਗਨ ਲੱਗੀ? ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੇਰਾ ਜਿਹੜਾ ਪਿਛੋਕੜ ਸਮਾਂ ਪਿਛਲਾ, ਉਹ ਮਤਲਬ ਕਿ ਜਿਹੜੇ ਫਾਦਰ ਸਾਹਿਬ ਸੀਗੇ ਉਹ ਰਾਜਪੁਰਾ ਤੋਂ ਸੀਗੇ ਜੀ, ਅਤੇ 22-23 ਸਾਲਾਂ ਤੋਂ ਪਿੰਡ ਬਡਾਲਾ ਵਿਖੇ ਡਿਊਟੀ ਕਰ ਰਹੇ ਸੀਗੇ ਗ੍ਰੰਥੀ ਸਿੰਘ ਦੀ, ਅਤੇ ਉੱਥੇ ਮੇਰਾ ਜਨਮ ਹੋਇਆ 2001 ਵਿੱਚ, ਅਤੇ ਉੱਥੋਂ ਦਾ ਮੇਰਾ ਜਨਮ ਹੋਇਆ। ਉਸ ਤੋਂ ਬਾਅਦ ਜਿਹੜਾ ਮੇਰਾ ਜੀਵਨ ਚੱਲਦਾ ਗਿਆ, ਮੈਂ 5 ਸਾਲ ਦਾ ਸੀਗਾ ਜਦੋਂ ਫਾਦਰ ਸਾਹਿਬ ਨੇ ਮੈਨੂੰ ਢੋਲਕੀ 'ਤੇ ਲਾਇਆ, ਕਿਉਂਕਿ ਫਾਦਰ ਸਾਹਿਬ ਦੀ ਘਰ ਤੋਂ ਹੀ ਦਾਤ ਮਿਲੀ ਸਾਨੂੰ, ਕੋਈ ਸਾਡੇ ਘਰ ਵਿੱਚ ਪਹਿਲਾਂ ਨਹੀਂ ਸੀਗਾ। ਇਹ ਫਾਦਰ ਸਾਹਿਬ ਦੇ ਗ੍ਰੰਥੀ ਸਿੰਘ ਹੋਣ ਕਰਕੇ ਮੈਨੂੰ ਇਹ ਕੀਰਤਨ ਦੀ ਦਾਤ ਮਿਲੀ, ਅਤੇ ਫਾਦਰ ਸਾਹਿਬ ਨੇ ਮੈਨੂੰ ਛੋਟੇ ਹੁੰਦੇ
उदो मैं स्कूल भी पढ़ता सी, कई बार स्कूल तो छुट्टी भी मार लेनी, पर फिर भी मैं शौक सी, मैं चलो मैं ढोलकी बजानी है फादर साहब नाल। फिर ढोलकी बजाते बजाते अगों मैं तबला सीखन लग गया जी। फिर तबले के नाल नाल मैनू हारमोनीयम का शौक पै गया जी, मैं हारमोनीयम सीखागा जी। तो उस तो बाद जी बस फिर कीर्तन की दात महाराज ने पाती जी, गला महाराज ने बख्शिया जी। संगीत की जो मुहारत सी फिर तुम पिता जी को ही हासिल की, किसी फिर विद्यालय में भी तुम गए अमरीकियाँ सीखने के लिए? नहीं उदू इन्ना भाजी समा ही नहीं सी हुंदा, ते ना ही तुहानू पता है ना जी तनखावां किन्नियां होंदियां गांधी सिंघां दीआं। तो जदों लगता सीगा एक महीने के बाद जो फीस आनी फिर उदों मन जिहा खराब होना है ना, उदों हट जाना सीगा। तो यह मैंने दात जन के घरों मिली हुई है, तो मैं आप ही बंदिशा बना के मेहनत अपनी मेहनत नाल मैं जी जो भी किया हूँ तक अपनी मेहनत नाल ही किया है जी। तो फादर साहब की बहुत सपोर्ट रही है मेरे घरदियां दी है ना, जो भी सारा कुछ किया मैं अपने दम से किया है जी। जिवें तुहाडा इन्ना बहुत वधिया परमात्मा ने सुरीला गला दिता है, तुसीं आप मेहनत भी की है, किवें तुहानूं हुण संगतां दे वल्लों सहयोग मिल रहा, कीर्तन जदों सुणदियां ने संगतां? संगतां वल्लों तां बहुत भरमा हुंगारा मिलदा है जिथे भी जाइए है ना जी। तो हुण सुहाणा सिंह शहीदां विखे जी, तो फतेहगढ़ साहब विखे जी, तो तक श्री केसगढ़ साहब विखे भी आप हाजरी भर चुके हैं, बहुत संगत का प्यार मिल रहा है जी। खरड़ शहर में हरेक जगह पर आप प्रोग्राम करते हैं जी, महाराज की फुल कृपा जी, सतगुर कृपा बनाई रखन जी। जिवें तुसीं मुहारत हासिल की है, हाँ ते हर राग विच तुसीं गायन कर लेंदे होंगे, ते इस तरह जिहड़े भी शब्द तुसीं आम पढ़ते हो संगतां दे विच जाके, कोई भी शब्दां दीआं कोई दो पंगतियां सानू संगतां नू जरूर सुनाईयां जाण, ताकि पता लग जावे। जिवें चलो तुसीं राग ते करना हुंदा है साजां दे नाल, उत्थे कुछ गल होर हुंदी है, पर गले दा फिर भी संगतां कुछ ना कुछ समझ सकण। बिन भागा सतसंग ना लब्बै, बिन भागा सतसंग ना लब्बै, बिन संगत मैल भरी जै जियो, बिन संगत मैल भरी जै जियो, बिन भागा सतसंग ना लब्बै। भाई साहब जी बहुत वधिया तुसीं सुनाया, क्योंकि साज तो बिना सुर दे विच गायन करना बड़ा मुश्किल हुंदा है, पर तुहाडी अपने आप ते मेहनत कीती बड़ी लगदी है। ते कड़े कड़े होर रागी सिंह ने जिन्हां नूं तुसीं आम तौर ते सुणदे हो? मेरे जिहड़े जिन्हां मैं ज़्यादा सुणदा ते इन्हां नूं गाना जिंदा भाई जुझार सिंह ने अमृतसर तों, ते भाई महताब सिंह जी। तो अज कल नौजवान जो इस धार्मिक खेत्र वाल बहुत घट आ रहा, पतितपणे वाल जा रहा, उन्होंने प्रेरणा की घाट है जां कुछ कठिनाइया इदा दियां ने कि वह आ चाहते हुए भी ना आ सकन, जिवें शौक दे राही तुसीं इधर निकले हो? अज कल दी जिहड़ी नौजवान पीढ़ी है वह ना ही कोई ग्रंथी सिंह बनूगी जी, तो ना ही कोई रागी सिंह बनूगी, क्योंकि इहदा कारण अज कल तुहानूं पता गुरद्वारियां दे प्रबंधक कमेटी जिद्दां दा करदी है जी। तो अज कल दी जिहड़ी पीढ़ी नहीं इस लाइन च आना चाहती, क्योंकि 1100 रुपया कीर्तन की भेटा देते हैं जी, तो उस तो विच परची भी कट्टी जाती है जी। तो इस करके अगला कहें भी साडा गुजारा नहीं हुंदा, तो जिन्होंने शौक है इस चीज़ का वह भेटा का कोई मतलब नहीं। कहने का भाव जो तुहानू सेवा मिलती है उस विचों भी कटौती कर ली जाती उन्होंने वालों की जाती है जी कटौती, क्योंकि जो शब्द का बाजे के उत्ते चढ़िया रागी सिंह उन्होंने सत्कार किया, वह तो भेटा उस होनी चाहिए। हाँ जी, ये भेटा रागी सिंह की होनी चाहिए है, एक पूरे खरड़ शहर में ही लागू किया हो प्रबंधक कमेटिया ने। नहीं ये आम लोकल कमेटी या श्रोमणी कमेटी का? नहीं श्रोमणी कमेटी का नहीं जी, जिहड़े अपने खरड़ च लोकल कमेटियां ने ना गुरुद्वारा साहब दियां, इन्हां सार जे 1500 भेटा है जी तो 400 लिया जाएगा तातों, तो 1100 रुपया रागी सिंह मिलेगा। जे खंड पाठ साहब की भेटा ग्रंथी सिंह खंड पाठ करेगा वो तो विचों हद लिया जाऊगा। मेहनत तो तुम करनी है? मेहनत असी करनी है, ये कहें भी अभी बिल्डिंगा बनाई है गुरुद्वारा साहब की है ना। नहीं बिल्डिंग तो सेवा लिए देंगे ने, पर प्यार का मार्ग है। होर कि कठिनाइयां ने जे आना चाहते ने? कई बार ये होंगे कि घर के हालात इजाजत नहीं देंगे, जेकर उन्होंने कोई साज भी खरीदना है, संगीत भी सीखना है, फीस भी देनी है, शुरुआत तो किमें उन्होंने सहायता होनी चाहिए है? सहायता तो जी हुण एस जी पी सी चाहिए है ना जी, हरेक शहर च जां पिंड विच ही कर देण एक वधिया विद्यालय खोल के देण बच्चों नूं, जां इलाका पद्धर ते हो जावे, इलाका पद्धर ते हो जावे जी, तां कि अजकल नौजवान पीढ़ी जिहड़ी नशियां वल तुरी हुई है वह इस पासे ना आ जाए, नहीं तो आने वाले समय में ना ही ग्रंथी सिंह लभणगे, ना ही रागी सिंह लभणगे जी, ना ही कोई पाठी सिंह लभेगा जी।
ये आम विद्यालय चलते हैं, पर जेकर श्रोमणी कमेटी भी वध तो वध यतन करे कि इस तरह बच्चों जोड़न लई निष्काम तौर पर विद्यालय खोल के उन्होंने कथावाचक तैयार करे, रागी सिंह तैयार करे, ढाडी सिंह तैयार करे, पाठी सिंह तैयार करे। जेकर टकसाला ज मिशनरी कॉलेजा तो होर चलो आते हैं तो श्रोमणी कमेटी इलाका पद्धर से होना चाहिए जरा जाके अपने काम भी देख सकन, नेड़े रह के वो अपनी पढ़ाई भी पूरी कर सके। बिल्कुल जी, बिल्कुल श्रोमणी कमेटी का फर्ज बनता ही है ना, वो अपने प्रचारकों अपनी सिख कौम अपने रागी सिंघां कथावाचकों ग्रंथी सिंघां सांभण। भाई साहब जिवें इंद्रजीत निक्कू दा आ रहा है कि देहधारी दे अगे रो रहा, वह तो पहले ही अपनी दुकान खोल के बैठा हुंदा। जेकर वह किसी का उट उट विश्वास हो गुरु महाराज अगर अरदास बेनती जोदड़ियाँ करता तो जरूर सुनी जाती है। जेकर कौम के अगे भी मंग रख दी जाए, जेकर हूँ भी उत्थे गल हुई है सोशल मीडिया से, बाबे ने तो कुछ नहीं दिता, आम लोगों ने कौम ने उसकी सहायता की है कि तेनों इदा जाकर रोन की लड़ नहीं, असं तेरी मदद कर दें। शायद जेकर कौम के अगे अजे हालात आन तो कोई घाट नहीं रही, पर लोड़ साढ़े प्रबंधा की है। जो निकू डेरे डेरे डेरेदारा को जाके अपनी बेनती कोई भी है ना अर्ज गुजारी सी रोया सी जाके उ बहुत ही गलत गल है ना, क्योंकि वह पग बनता है ना इन इदा नहीं करना ना, गुरु ग्रंथ साहब से विश्वास रखना चाहिए सी। अरदास बेनती करता सतगुरु जी अगे जरूर बांह फट दे, सतगुरु के घर देर है पर हनेर नहीं जी, वह बांह जरूर फटन गए। इस दे पिछे फिर तुसी ये भी समझते हो कि किते ना किते धर्म के पक्ष तो भी ये जो पिछे हटे ने, जिमें हुण दलेर मेहंदी है जां कि भी एक ढाडी बीबी सीगी पिछे रणजीत कौर जां होर काफ़ी हैगे ने, ਉਹ ਧਰਮ ਦੇ ਗਿਆਨ ਹੁੰਦੇ ਹੋਏ ਵੀ ਇਸ ਲਾਈਨ 'ਤੇ ਪੈ ਜਾਂਦੇ ਨੇ, ਪਰ ਇੱਕੋ ਜ਼ਿਆਦਾ ਕਮੈਂਟ ਦਿੰਦੇ ਨੇ ਕਿ ਇੱਥੇ ਸਾਨੂੰ 500 ਰੁਪਇਆ ਮਸੋਂ ਮਿਲਦਾ ਸੀ, ਇੱਧਰ 5-5 ਲੱਖ ਰੁਪਇਆ ਮਿਲਦਾ, ਫਿਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਗੱਲ ਇੱਦਾਂ ਜੀ, ਗੁਰਬਾਣੀ ਸੁਣਾਉਣ ਦਾ ਅਤੇ ਇੱਕ ਲੱਚਰ ਗੀਤ ਗਾਉਣ ਦਾ ਦੋ ਅੰਤਰ ਨੇ ਜੀ। ਲੱਚਰ ਗਾਉਣ ਵਾਲਿਆਂ ਨੂੰ 10-10, 12-12 ਲੱਖ ਰੁਪਈਆ, ਅਤੇ ਜਿਨ੍ਹਾਂ ਨੇ ਗੁਰਬਾਣੀ ਸੁਣਾਉਣੀ ਹੈ ਜੀਵਨ ਸੁਧਾਰਨਾ ਜਿਨ੍ਹਾਂ ਨੇ ਉਹਨਾਂ ਨੂੰ 1100 ਰੁਪਈਆ। ਦਲੇਰ ਮਹਿੰਦੀ ਜੀ ਪ੍ਰੋਗਰਾਮ ਕਰਨ ਗਏ ਹੋਣੇ ਨੇ ਜੀ, ਉੱਥੇ ਉਹਨੂੰ ਭੇਟਾ ਘੱਟ ਮਿਲੀ ਅਤੇ ਉਹੀ ਬੰਦੇ ਨੇ ਬਾਅਦ 'ਚ ਉਹਨਾਂ ਤੋਂ ਗੀਤ ਗਵਾਇਆ, ਵਿਆਹ 'ਚ ਬੁਲਾ ਕੇ ਉੱਥੇ 5 ਲੱਖ ਰੁਪਈਆ ਲਿਆ। ਇਹ ਲਾਈਨ ਨੂੰ ਇੱਦਾਂ ਦੇਖਦੇ ਹੋਏ ਆਪਾਂ ਕਿੰਨਾ ਅੰਤਰ ਹੈ, ਇੱਕ ਜਗ੍ਹਾ 500 ਰੁਪਈਆ ਅਤੇ ਇੱਕ ਜਗ੍ਹਾ 5 ਲੱਖ ਰੁਪਈਆ। ਨਹੀਂ ਸਾਡਾ ਇਹ ਜੋ ਬਦਲਾਅ ਹੈ ਇਹ ਵੀ ਪ੍ਰਚਾਰਕਾਂ ਨੂੰ ਇਸ ਪਾਸੇ ਵੱਲ ਹੀ ਆਪ ਲਿਆਉਣਾ ਪਵੇਗਾ, ਕਿਉਂਕਿ ਜਿਹੜੇ ਇਹ ਨਾਚ ਗਾਣੇ ਹੁੰਦੇ ਨੇ ਇਹਨਾਂ ਨੂੰ ਪੁਰਾਤਨ ਸਿੱਖਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਗਲਤ ਮੰਨਿਆ ਜਾਂਦਾ ਸੀ ਕਦੇ ਉਹ ਦੇਖ, ਕਿਉਂਕਿ ਇਹ ਮੁਸਲਮਾਨੀ ਲਾਈਨ ਵਿੱਚ ਸੀ। ਸਾਡੇ ਖੁਦ ਪੰਜਾਬ ਵਿੱਚ ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਇਸ ਦੇ ਵਿੱਚ ਜੇਕਰ ਅੱਜ ਵਿਆਹਾਂ ਵਿੱਚ ਵੀ ਲੱਚਰ ਗਾਇਕੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਕਿਉਂ ਨਾ ਉੱਥੇ ਹੋਵੇ ਕਿ ਪੈਲਸਾਂ ਵਿੱਚ ਵੀ ਜੇਕਰ ਕੋਈ ਗਏ ਬਰਾਤ ਉੱਥੇ ਰਾਗੀ ਹੋਣ, ਢਾਡੀ ਹੋਣ, ਉਹਨਾਂ ਦੇ ਸ਼ਬਦ ਹੋਣ, ਕਿਉਂਕਿ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਨੂੰ ਕਾਰਜ ਕਰਨੇ ਦੱਸੇ ਨੇ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਇਹ ਸੰਭਵ ਤਾਂ ਇੱਦਾਂ ਹੋ ਸਕਦਾ ਹੈ, ਆਪਣੇ ਸਾਰੇ ਪ੍ਰਚਾਰਕਾਂ ਨੂੰ, ਸਾਰੇ ਰਾਗੀ ਸਿੰਘਾਂ ਨੂੰ, ਢਾਡੀ ਸਿੰਘਾਂ ਨੂੰ ਇੱਕਜੁੱਟ ਹੋ ਕੇ ਸਾਰਿਆਂ ਨੂੰ ਇੱਕ ਵਧੀਆ ਟੀਮ ਬਣਾ ਕੇ ਪ੍ਰਚਾਰ ਕਰਨਾ ਪੈਣਾ ਜੀ, ਇਹਨਾਂ ਲੱਚਰ ਗਾਣਿਆਂ ਵਾਲਿਆਂ ਨੂੰ ਬੰਦ ਕਰਨਾ ਪੈਣਾ, ਨਹੀਂ ਤਾਂ ਸਿੱਖੀ ਬਹੁਤ ਪਿੱਛੇ ਚਲੇ ਜਾਣੀ ਹੈ ਜੀ। ਭਾਈ ਸਾਹਿਬ ਇੱਥੇ ਇੱਕ ਫਰਕ ਹੋਰ ਵੀ ਪੈਂਦਾ ਨਜ਼ਰ ਆ ਰਿਹਾ, ਗਾਇਕੀ ਵਿੱਚ ਮੰਨਿਆ ਜਾ ਸਕਦਾ ਉਸਨੇ ਕੁਛ ਹੋਰ ਲਾਈਨ 'ਤੇ ਗਾਤਿਆ, ਉਸਨੇ ਹੋਰ ਲਾਈਨ 'ਤੇ ਗਾਤਿਆ, ਪਰ ਜਿਹੜੀ ਗੁਰਬਾਣੀ ਹੈ ਇਹਦਾ ਮੁੱਲ ਕੋਈ ਨਹੀਂ, ਬਹੁਤ ਉੱਤਮ ਹੈ, ਅਤੇ ਜੋ ਵੀ ਗੁਰਬਾਣੀ ਗਾਉਂਦੇ ਨੇ ਉਹਨਾਂ ਨੂੰ ਗੁਰਬਾਣੀ ਵੀ ਸਤਿਕਾਰ ਦਵਾਉਂਦੀ ਹੈ। ਜਦੋਂ ਤੁਸੀਂ ਗੁਰਬਾਣੀ 'ਤੇ ਉੱਦਾਂ ਹੀ ਇੱਕ ਮਿਹਨਤ ਤੁਸੀਂ ਵੀ ਕੀਤੀ ਹੈ, ਹੋਰ ਰਾਗੀ ਸਿੰਘਾਂ ਨੇ ਵੀ ਕੀਤੀ ਹੈ, ਉਹ ਵੀ ਉੱਦਾਂ ਹੀ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ ਉਹਨਾਂ ਦੇ ਵਿੱਚ, ਸਭ ਦਾ ਬਰਾਬਰ ਇੱਕ ਜਿਹਾ ਸਤਿਕਾਰ ਦਿੰਦੀ ਹੈ ਗੁਰਬਾਣੀ। ਪਰ ਅਸੀਂ ਲੋਕ ਤੁਹਾਡੇ ਵਰਗੇ ਨੌਜਵਾਨ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੀਰਤਨ ਕਰਦੇ ਹੋਣਗੇ, ਪਰ ਇੱਕ ਨਾਂ ਜਾਣ ਕੇ ਉਹ ਜੀ ਫਲਾਣਾ ਸਿੰਘ ਜੀ ਉਹ ਸੂਬੇ ਦਾ ਰਹਿਣ ਵਾਲਾ ਹੈ, ਕਿਸੇ ਨਾਂ ਪਿੱਛੇ ਲੱਗੇ ਹੋਏ, ਉਹਨਾਂ ਨੂੰ ਅਸੀਂ ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰ ਕਿਤੋਂ ਤੋਂ ਵੀ ਸੱਦ ਕੇ 1000-1000 ਰੁਪਏ ਦੇਵਾਂਗੇ, ਉਹ ਵੀ ਗੁਰਬਾਣੀ ਦੇ ਸ਼ਬਦ ਪੜ੍ਹਨਗੇ, ਤੁਸੀਂ ਵੀ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋ, ਫਿਰ ਅਜਿਹਾ ਕਿਉਂ? ਜੇਕਰ ਗੁਰਬਾਣੀ ਸਭਨਾਂ ਨੂੰ ਬਰਾਬਰ ਸਤਿਕਾਰ ਦਿੰਦੀ ਹੈ ਤਾਂ ਤੁਸੀਂ ਵੀ ਗੁਰਬਾਣੀ ਪੜ੍ਹੀ ਹੈ, ਸਤਿਕਾਰ ਤੁਹਾਡਾ ਬਰਾਬਰ ਬਣਦਾ, ਫਿਰ ਉੱਥੇ ਊਚ ਨੀਚ ਨਹੀਂ ਕਰਨੀ ਚਾਹੀਦੀ। ਇਹ ਕਿਉਂ ਹੋਇਆ? ਦੇਖੋ ਜੀ, ਗੱਲ ਇੱਦਾਂ ਵੀ ਜਦੋਂ ਵੀ ਕੋਈ ਸਿੰਘ ਬਾਹਰੋਂ ਆਉਂਦਾ, ਦਰਬਾਰ ਸਾਹਿਬ ਤੋਂ ਆਉਂਦਾ ਜਾਂ ਚੰਡੀਗੜ੍ਹ ਤੋਂ ਜਾਂ ਦਿੱਲੀ ਤੋਂ ਆਉਂਦਾ, ਤਾਂ ਜੇ ਦੋ ਜਥੇ ਕੀਰਤਨ ਕਰਦੇ ਨੇ ਤਾਂ ਪਹਿਲਾਂ ਜੱਥਾ ਉਹ ਲੱਗਦਾ, ਦੂਜਾ ਬਾਅਦ 'ਚ ਲੱਗਦਾ। ਇੱਕ ਨੂੰ ਭੇਟਾ ਦਿੱਤੀ ਜਾਂਦੀ ਹੈ 11,000 ਜਾਂ 31,000, ਅਤੇ ਦੂਜਾ ਜੱਥਾ ਸਾਡੇ ਵਰਗਾ ਉਹ 2100 ਜਾਂ 3100 ਤੱਕ ਹੀ ਸੀਮਿਤ ਰਹਿ ਜਾਂਦਾ। ਜਦੋਂ ਪੁੱਛਿਆ ਜਾਂਦਾ ਵੀ ਕੀਰਤਨ ਉਹਨਾਂ ਨੇ ਵੀ ਕੀਤਾ, ਗੁਰਬਾਣੀ ਅਸੀਂ ਵੀ ਸੁਣਾਈ ਹੈ, ਇਹਨਾਂ ਵਿੱਚ ਅੰਤਰ ਤਾਂ ਕੋਈ ਨਹੀਂ ਹੈਗਾ, ਇਹ ਜਾਣ ਬੁੱਝ ਕੇ ਇਹਨੂੰ ਪਤਾ ਹੋਣ ਦੇ ਬਾਵਜੂਦ ਵੀ ਬਸ ਕਹਿੰਦੇ ਵੀ ਲੋਕਲ ਜੱਥਾ, ਵੀ ਲੋਕਲ ਜੱਥੇ ਕਰਕੇ ਅਸੀਂ ਇੰਨੇ ਹੀ ਦੇਣੇ। ਜਦੋਂ ਬਾਹਰੋਂ ਬੁਲਾਇਆ ਹੋਇਆ ਇਹਨਾਂ ਨੇ, ਉਹ 31,000, 41,000 ਤੱਕ ਵੀ ਦੇਣ ਨੂੰ ਤਿਆਰ ਨੇ।
ਉਹੀ ਘਰ ਦਾ ਜੋਗੀ ਜੋਗੜੇ ਵਾਲੀ ਜਿਹੜੀ ਗੱਲ ਹੈ ਕਿ ਆਪਣੇ ਦੀ ਬਾਂਹ ਸਾਨੂੰ ਫੜਨੀ ਪਵੇਗੀ ਕਿਉਂਕਿ ਗੁਰਬਾਣੀ ਜੋ ਹੈ ਪ੍ਰੇਮ ਦਾ ਮਾਰਗ ਹੈ ਇਹਦੇ ਵਿੱਚ ਸਤਿਕਾਰ ਦੇਣਾ ਹਰ ਇੱਕ ਦਾ ਬਣਦਾ ਤਾਂ ਕਿ ਨੌਜਵਾਨ ਇੱਧਰ ਨੂੰ ਜੁੜ ਸਕਣ ਅਤੇ ਹੋਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਅੱਜ ਤੁਸੀਂ ਸਿੱਖੀ ਦੇ ਮਾਰਗ 'ਤੇ ਚੱਲੇ ਹੋ ਮਿਹਨਤ ਕੀਤੀ ਹੈ ਹਰ ਥਾਂ ਜਾ ਕੇ ਗੁਰਬਾਣੀ ਰਾਹੀਂ ਪ੍ਰਚਾਰ ਕਰ ਰਹੇ ਹੋ ਕਿਵੇਂ ਦੇ ਹੋਰ ਨੌਜਵਾਨ ਵੀ ਤੁਹਾਡੀ ਸੰਗਤ ਵਿੱਚ ਆਏ ਹੋਣਗੇ ਜੋ ਇੱਧਰ ਨੂੰ ਕੀਰਤਨ ਸੁਣ ਕੇ ਤੁਹਾਡੇ ਅਸਰ ਦੇ ਨਾਲ ਸਿੱਖੀ ਵੱਲ ਮੁੜੇ ਨੇ ਆਪਣੇ ਮੁੱਖ ਧਾਰਾ ਦੇ ਵਿੱਚ मेरी तो एको ही बेनती है जी सारे नौजवानों कि नशे छड़ के गुरु दे लड़ लगो जी गुरु दे लड़ लगे बंदा कदे नहीं मरदा जी कदे डुबदा नहीं मैं एक बेनती होर करना चाहुंदा मैं कि एस जी पी सी वालों जो कि इन्हां नूं चाहिए कि नौजवानों अपने नाल जोड़ के रखन हरेक शहर च बनाई जाण विद्यालय उत्थे सिखाया जाए बच्चों नूं तां कि नौजवान दूजे पासे भटकी ना सके गल इदां जी जदों भी असीं किसे शहर च ना जदों किसे पिंड च कीर्तन करन जाइए उतों जो अं कीर्तन करके समाप्ति होने बाद संगत में जो मिलाप होंगे जी संगत बड़े प्यार सत्कार देती है जी तो सानू देख के क्योंकि अगला कहें भी 22-23 साल का मुंडा है ना वे कीर्तन करता भी असं भी ये वाल उत्साह वधाइए वह भी नाल प्रेरित होंगे ने उन्होंने बच्चों ने भी कई बच्चे ऐसे भी ने जो हल तक पुछ पुछ के फोन करके भी कहें भी सानू कीर्तन सिखा दो सानू कीर्तन सिखा दो असं कीर्तन सिखाने लिए तैयार हैं जी संगत सुनती होगी साड़ी इस वीडियो राही भी तो शब्द भी सुने ने तुहाडी विचार भी सुनी है बहुत सारिया संगत ने मंग करनी है तुहाडे नंबर पुछने हैं कोई भी तुहानू बुलाउणा चाहुंदी है संगत तां तो असीं हुण कित्थे रह रहे हैं इस समय तो किवें तुहानू संगत जो हैगी संपर्क कर सकती है इस टाइम जी मैं खरड़ विखे रह रहा जी तो ड्यूटी कर रहा गुरुद्वारा साहब विखे गुरुद्वारा सिंह सभा देसू माजरा कलोनी मेरे फादर साहब ग्रंथी सिंह ने उत्थे मैं उत्थे कीर्तन की सेवा निभा रहा जी तो किसी भी वीर ने जा संगत ने किसी ने भी मेरा कॉन्टैक्ट नंबर लेना हो मेरे फेसबुक अकाउंट से कुलविंदर सिंह खरड़ वाले आई डी बनी हुई है यूट्यूब अकाउंट है जी उत्थों मेरा नंबर ले सकता है मैं कॉन्टैक्ट कर सकता है आप कीर्तन थोड़ी सेवा च हाजिर हाँ जी जो इस नौजवान रागी जथे की वीडियो देखी है साड़ी कोशिश है कि नौजवान समझण अपने विरसे नूं पहचानण अपनी मुख धारा वल परतण अपने जीवन नूं कमा सकण ते वध तों वध धर्म दा प्रचार कर सकण ते गुरबाणी नूं गा के अपना ते संगतां दा जीवन है जो सफला बना सकण सो कोई भी जो इस मार्ग वल चलना चाहुंदा है कदे भी सानूं संपर्क कर सकदा है हमेशा हाजिर है तुहाडी सेवा दे विच खालसा टीवी चैनल न्यू चंडीगढ़।